ਇੱਕ ਵਿਅਕਤੀ ਨੂੰ ਆਪਣੇ ਹੀ ਪੈਸੇ ਮੰਗਣੇ ਕਾਫੀ ਜ਼ਿਆਦਾ ਮਹਿੰਗੇ ਪੈ ਗਏ ਨੇ। ਦੱਸਦੇ ਕਿ ਜਿਸ ਦੇ ਕੋਲੋਂ ਉਸਨੇ ਪੈਸੇ ਲੈਣੇ ਸੀ ਉਸਦੇ ਵੱਲੋਂ ਘਰ ਦੇ ਵਿੱਚ ਆ ਕੇ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਉਸਦੇ ਹੀ ਨਹੀਂ ਮੂੰਹ 'ਤੇ ਚਪੇੜਾਂ ਮਾਰੀਆਂ ਜਾਂਦੀਆਂ, ਉਲਟਾ ਉਸਦੀ ਪਤਨੀ ਦੇ ਉੱਤੇ ਵੀ ਉਸ ਵਿਅਕਤੀ ਵੱਲੋਂ ਹੱਥ ਚੁੱਕਿਆ ਜਾਂਦਾ ਹੈ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਮਜ਼ਦੂਰ ਜੋ ਕਿ 2 ਮਹੀਨੇ ਤੋਂ ਪਤੀ ਪਤਨੀ ਉਸ ਵਿਅਕਤੀ ਦੇ ਘਰ ਦੇ ਵਿੱਚ ਦਿਹਾੜੀ ਕਰਕੇ ਆਏ ਸੀ ਅਤੇ ਜਦੋਂ ਵੀ ਉਹ ਪੈਸੇ ਮੰਗਣ ਦੇ ਲਈ ਜਾਂਦੇ ਸੀ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਗਾਲਾਂ ਕੱਢੀਆਂ ਜਾਂਦੀਆਂ ਸੀ ਅਤੇ ਬੀਤੇ ਦਿਨਾਂ ਉਹਨਾਂ ਦੀ ਹਿੰਮਤ ਇੰਨੀ ਜ਼ਿਆਦਾ ਵੱਧ ਗਈ ਕਿ ਉਹਨਾਂ ਨੇ ਉਸਦੇ ਘਰ ਦੇ ਵਿੱਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਟੀ ਸ਼ਰਟ ਪਾ ਕੇ ਬਾਈਕ ਦੇ ਕੋਲ ਇੱਕ ਬੰਦਾ ਖੜਾ ਨਜ਼ਰ ਆ ਰਿਹਾ ਹੈ ਅਤੇ ਜਿਵੇਂ ਹੀ ਉਹ ਮਜ਼ਦੂਰ ਅਤੇ ਮਜ਼ਦੂਰ ਦੀ ਪਤਨੀ ਦੋਵੇਂ ਹੀ ਆਪਣੇ ਘਰ ਦੇ ਵਿੱਚ ਐਂਟਰ ਹੋਣ ਲੱਗਦੇ ਨੇ ਤਾਂ ਮੌਕੇ ਦੇ ਉੱਤੇ ਹੀ ਉਹ ਘੇਰ ਲੈਂਦਾ ਅਤੇ ਪਹਿਲਾਂ ਤਾਂ ਉਸ ਵਿਅਕਤੀ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਜਾਂਦਾ। ਹਾਲਾਂਕਿ ਉਸਦੀ ਪਤਨੀ ਦੇ ਵੱਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜੋ ਵਿਅਕਤੀ ਹੁੰਦਾ ਕਾਲੇ ਰੰਗ ਦੀ ਟੀ ਸ਼ਰਟ ਪਾ ਕੇ ਆਇਆ ਹੋਇਆ ਉਸਦੇ ਵੱਲੋਂ ਲਗਾਤਾਰ ਥੱਪੜਾਂ ਦੀ ਬਰਸਾਤ ਮਜ਼ਦੂਰ ਦੇ ਉੱਤੇ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਉਸਦੀ ਪਤਨੀ ਵੱਲੋਂ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸਦੀ ਪਤਨੀ ਦੇ ਨਾਲ ਵੀ ਹੱਥੋਂਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ ਦੇ ਵਿੱਚ ਦੇਖਦੇ ਹੀ ਦੇਖਦੇ ਉਸ ਵਿਅਕਤੀ ਦੇ ਹੋਰ ਵੀ ਸਾਥੀ ਉੱਥੇ ਪਹੁੰਚ ਜਾਂਦੇ ਨੇ, ਪਰ ਉਹ ਲਗਾਤਾਰ ਹੀ ਉਸ ਮਜ਼ਦੂਰ ਅਤੇ ਮਜ਼ਦੂਰ ਦੀ ਪਤਨੀ ਦੇ ਉੱਤੇ ਹੱਥ ਚੁੱਕਦਾ ਰਹਿੰਦਾ, ਥੱਪੜ ਮਾਰਦਾ ਰਹਿੰਦਾ। ਦੂਜੇ ਪਾਸੇ ਹੁਣ ਉਸ ਮਜ਼ਦੂਰ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ ਅਤੇ ਕਿਹਾ ਗਿਆ ਕਿ ਉਸਨੂੰ ਉਸਦੇ ਬਣਦੇ ਪੈਸੇ ਦਿਲਵਾਏ ਜਾਣ, ਕਿਉਂਕਿ 2 ਮਹੀਨੇ ਤੋਂ ਉਹਨਾਂ ਦੇ ਘਰ ਦੇ ਚੱਕਰ ਲਗਾ ਲਗਾ ਕੇ ਉਹ ਵੀ ਥੱਕ ਚੁੱਕਾ ਹੈ। ਆਏ ਵਾਰੀ ਜਦੋਂ ਪੈਸੇ ਮੰਗਣ ਜਾਂਦਾ ਤਾਂ ਉਸਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਤਾਂ ਮਾਮਲਾ ਕੁਰੂਕਸ਼ੇਤਰ ਤੋਂ ਸਾਹਮਣੇ ਆਇਆ। ਪੂਰਾ ਮਾਮਲੇ ਅਜੇ ਵੇਖ ਕੇ ਬਲੈਂਡਰ ਕੇ ਪਾਸ ਹਮ ਡੈਡੀ ਕਰਤੇ ਤੇ 2 ਮਹੀਨੇ ਸੇ ਤੋ ਹੁਣ ਪੈਸੇ ਮੰਗਣੇ ਜਾਓ ਗਲੇ ਕਲੋਚ ਕਰੇ ਜਾਓ ਤੋ ਕੱਲ ਪੈਸੇ ਮੰਗਣੇ ਗਏ ਤੋ ਰਾਤ ਕੋ ਘਰ ਆ ਕੇ ਮੇਰਾ ਗਲਾ ਘੁੱਟਣ ਘਰਵਾਲੀ ਕੋ ਮਾਰਿਆ ਮੇਰੇ ਕੋ ਮਾਰਿਆ। ਅਬ ਆਪ ਕਿਆ ਚਾਹਤੇ ਹੋ? ਹਮ ਫੈਸਲਾ ਚਾਹਤੇ ਹੈ ਜੀ। ਇਹ ਦੇਖੋ ਗਲੇ ਮੇ ਕੈਸੇ ਹੋ ਰਿਹਾ ਮੇਰਾ ਮਾਮਲਾ ਜੀ ਹੈ ਜੀ। ਵਿੱਕੀ ਹੈ ਬਿਡ ਲਾਨ ਕੇ ਪਾਸ ਮਾਮ 2 ਮਹੀਨੇ ਸੇ ਕੰਮ ਕਰ ਰਹੇ ਥੇ ਜੀ। ਕੰਮ ਕਰਾਤੇ ਜੀ ਉਹ ਪੈਸੇ ਲੈਣੇ ਕੇ ਲਈ ਗਏ ਘਰ ਗਾਲੀ ਗਲੋਚ ਕਰੀ ਮਾਰਾ ਮਾਰੇ ਬਾਅਦ ਮੈਂ ਜਾਣ ਸਾਰ ਮਾਰੇ ਘਰਾਂ ਜਾ ਕੇ ਮਾਰ ਪਟਿਆਈ ਕਰੀ ਸੀ। ਮੇਰੇ ਆਦਮੀ ਕਾ ਵੀ ਗਲਾ ਘੁੱਟਿਆ ਮੇਰੇ ਗਲੇ ਮਾਰ ਪਟਿਆਈ ਕਰੀ ਜੀ ਸਾਨੂੰ। ਤੋ ਬਾਪ ਕਿਆ ਚਾਹਤੇ ਹੋ? ਹਾਂ ਜੀ ਫੈਸਲਾ ਚਾਹਵਾਂ ਵੀ ਮਾਨ ਨਾ ਇਨਸਾਫ਼ ਮਿਲਣਾ ਚਾਹੀਏ ਜੀ।